ਸਾਰਿਆਂ ਦਾ 8ਵੀਂ 9ਵੀਂ 10ਵੀਂ ਤੇ ਸਾਡੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ YouTube ਚੈਨਲ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੇਟਾ। ਅੱਜ ਅਸੀਂ ਟੌਪਿਕ ਲੈ ਕੇ ਆਏ ਭਾਸ਼ਾ ਤੇ ਉਪਭਾਸ਼ਾ, ਜੋ ਕਿ 8ਵੀਂ 9ਵੀਂ 10ਵੀਂ ਤੇ 6ਵੀਂ 7ਵੀਂ ਦੇ ਵਿਦਿਆਰਥੀਆਂ ਲਈ ਵੀ ਕਾਫੀ ਸਹਾਇਕ ਸਿੱਧ ਹੈ ਤੇ ਉਹਨਾਂ ਨੂੰ ਕਾਫੀ ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬਾਰੇ ਗਿਆਨ ਮਿਲੇਗਾ। ਸਭ ਤੋਂ ਬੇਟਾ ਪਹਿਲਾਂ ਬੱਚੇ ਭਾਸ਼ਾ ਕਹਿੰਦੇ, ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਸਰਿਆਂ ਤੱਕ ਪਹੁੰਚਾਉਂਦੇ ਹਾਂ। ਸਭ ਤੋਂ ਪਹਿਲਾਂ ਇਸ਼ਾਰਿਆਂ 'ਚ ਗੱਲ ਕੀਤੀ ਜਾਂਦੀ ਸੀ, ਉਸ ਤੋਂ ਬਾਅਦ ਕੀ ਹੈ ਭਾਸ਼ਾ ਦਾ ਉਪਯੋਗ ਹੋਇਆ। ਭਾਸ਼ਾ ਦੇ ਰਾਹੀਂ ਅਸੀਂ ਆਪਣੀ ਜਿਹੜੀ ਗੱਲ ਹੈ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ, ਚਾਹੇ ਉਹ ਅਸੀਂ ਬੋਲ ਕੇ ਭਾਸ਼ਾ ਦੋ ਪ੍ਰਕਾਰ ਦੀਆਂ, ਚਾਹੇ ਅਸੀਂ ਲਿਖਤੀ ਭਾਸ਼ਾ ਲੈ ਲਈਏ ਜਿਸ 'ਚ ਅਸੀਂ ਲਿਖ ਕੇ ਅਸੀਂ ਆਪਣੀ ਮਨ ਦੀ ਗੱਲ ਕਿਸੇ ਦੂਸਰੇ ਵਿਅਕਤੀ ਤੱਕ ਪਹੁੰਚਾਉਂਦੇ ਹਾਂ, ਚਾਹੇ ਦੂਸਰੀ ਹੈਗੀ ਬੋਲ ਚਾਲ ਦੀ ਭਾਸ਼ਾ ਜਿਹਨੂੰ ਅਸੀਂ ਬੋਲ ਕੇ ਅਸੀਂ ਆਪਣੇ ਦਿਲ ਦੀ ਗੱਲ ਜਾਂ ਆਪਣੇ ਭਾਵ ਦੂਜਿਆਂ ਤੱਕ ਪ੍ਰਗਟ ਕਰਦੇ ਹਾਂ। ਇਸ਼ਾਰਿਆਂ ਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਅੱਗੇ ਨੈਕਸਟ ਹੈ ਬੇਟਾ ਉਪਭਾਸ਼ਾ। ਉਪਭਾਸ਼ਾ ਕੀ ਹੁੰਦੀ ਹੈ? ਕਿਸੇ ਖਾਸ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਕੀ ਹੈ ਉਪਭਾਸ਼ਾ ਕਹਿੰਦੇ ਹਾਂ। ਪਹਿਲਾਂ ਆਵਾਜਾਈ ਦੇ ਸਾਧਨ ਇੰਨੇ ਵਿਕਸਿਤ ਨਹੀਂ ਸੀਗੇ ਅਤੇ ਲੋਕ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ, ਇਸ ਲਈ ਉੱਥੋਂ ਦੀਆਂ ਥੋੜ੍ਹੀਆਂ ਥੋੜ੍ਹੀਆਂ ਭਾਸ਼ਾਵਾਂ ਵਿੱਚ ਸਾਰਿਆਂ ਵਿੱਚ ਅੰਤਰ ਹੁੰਦਾ ਸੀ ਅਤੇ ਇਸੇ ਕਰਕੇ ਉਹਨਾਂ ਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ, ਜਿਹੜੀ ਇੱਕ ਖਾਸ ਇਲਾਕੇ ਵਿੱਚ ਹੀ ਬੋਲੀ ਜਾਂਦੀ ਹੈ। ਜਿਵੇਂ ਸਭ ਤੋਂ ਪਹਿਲਾਂ ਹੈਗਾ ਬੇਟਾ ਮਾਝੀ। ਮਾਝੀ ਭਾਸ਼ਾ ਹੈਗੀ ਹੈ ਜਿਹਨੂੰ ਅਸੀਂ ਕੀ ਹੈ ਇਹ ਸਾਡੀ ਟਕਸਾਲੀ ਭਾਸ਼ਾ ਵੀ ਹੈ, ਜੋ ਅੰਮ੍ਰਿਤਸਰ, ਤਰਨ ਤਾਰਨ ਅਤੇ ਪਠਾਨਕੋਟ ਦੇ ਵਿੱਚ ਬੋਲੀ ਜਾਂਦੀ ਹੈ। ਇਹ ਅਣਵੰਡੇ ਪੰਜਾਬ ਦਾ ਮੱਧ ਦਾ ਕੇਂਦਰ ਹੋਣ ਕਰਕੇ ਇਹਨੂੰ ਮਾਝੀ ਦਾ ਨਾਂ ਦਿੱਤਾ ਗਿਆ। ਨੈਕਸਟ ਬੇਟਾ ਹੈਗਾ ਮਲਵਈ ਭਾਸ਼ਾ। ਮਲਵਈ ਭਾਸ਼ਾ ਦਾ ਨਾਂ ਕੀ ਹੈ? ਮਾਲਵ ਆਰੀਆ ਇੱਕ ਜਾਤ ਸੀਗੀ ਜਿਹਦੇ ਆਉਣ ਦੇ ਨਾਲ ਇਸਦਾ ਨਾਮ ਮਲਵਈ ਪਿਆ ਹੈਗਾ ਆ। ਇਹਦੇ ਵਿੱਚ ਅਸੀਂ ਜਿਹੜੀ ਆਪਣੀ ਪੁਰਾਣੀ ਪੰਜਾਬੀ ਮਾਂ ਬੋਲੀ ਜਿਹਨੂੰ ਅਸੀਂ ਪਿਓਰ ਕਹਿੰਦੇ ਹਾਂ, ਉਹਦੇ ਵਿੱਚ ਅੱਜ ਵੀ ਇਹਦੇ ਵਿੱਚ ਇਸ ਭਾਸ਼ਾ 'ਚੋਂ ਸ਼ਬਦ ਸੰਭਾਲੇ ਗਏ ਨੇ, ਜੋ ਕਿ ਲੁਧਿਆਣੇ, ਮੁਕਤਸਰ, ਮੋਗਾ, ਬਠਿੰਡਾ ਅਤੇ ਪਟਿਆਲੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਦੁਆਬੀ ਭਾਸ਼ਾ। ਦੁਆਬੀ ਭਾਸ਼ਾ ਦਾ ਅਰਥ ਹੈ ਦੋ ਆਬ। ਦੁਆਬ ਮੀਨਸ ਦੋ ਦਰਿਆਵਾਂ ਦੀ ਵਿਚਕਾਰਲਾ ਹਿੱਸਾ। ਇਹ ਦੋ ਦਰਿਆ ਹੈਗੇ ਬੇਟਾ ਸਤਲੁਜ ਅਤੇ ਬਿਆਸ। ਸਤਲੁਜ ਤੋਂ ਲੈ ਕੇ ਬਿਆਸ ਤੱਕ ਦੇ ਇਲਾਕੇ ਦੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ, ਜਿਹਦੇ ਵਿੱਚ ਇਲਾਕਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵੀ ਆ ਜਾਂਦਾ ਹੈ। ਨੈਕਸਟ ਹੈਗਾ ਬੇਟਾ ਪੁਆਧੀ। ਪੁਆਧੀ ਹੁੰਦਾ ਚੜ੍ਹਦੇ ਸੂਰਜ ਦਾ ਹਿੱਸਾ, ਜਿਵੇਂ ਕਿ ਚੜ੍ਹਦੇ ਪੰਜਾਬ ਦਾ ਹਿੱਸਾ ਆਪਾਂ ਕਹਿ ਦਿੰਦੇ ਹਾਂ। ਪੂਰਵੀ ਇਲਾਕਾ ਇਹਦੇ ਵਿੱਚ ਰੂਪਨਗਰ, ਸੰਗਰੂਰ ਅਤੇ ਮਲੇਰਕੋਟਲਾ ਦੇ ਵਿੱਚ ਇਹ ਭਾਸ਼ਾ ਬੇਟਾ ਬੋਲੀ ਜਾਂਦੀ ਹੈ। ਪੋਠੇਹਾਰੀ ਭਾਸ਼ਾ। ਪੋਠੇਹਾਰੀ ਭਾਸ਼ਾ ਪਾਕਿਸਤਾਨ ਦੇ ਜੇਹਲਮ, ਰਾਵਲਪਿੰਡੀ ਅਤੇ ਕੈਮਲਪੁਰ ਇਲਾਕੇ ਵਿੱਚ ਬੋਲੀ ਜਾਂਦੀ ਹੈ ਬੇਟਾ। ਇਸ ਦੇ ਵਿੱਚ ਇਸ ਭਾਸ਼ਾ ਦੀ ਸਭ ਤੋਂ ਇੱਕ ਖਾਸ ਗੱਲ ਇਹ ਹੈ ਵੀ ਇਹਦੇ ਵਿੱਚ ਜਿਹੜੀ ਤਕਸ਼ੀਲਾ ਯੂਨੀਵਰਸਿਟੀ ਸੀ ਉਹ ਇਸੇ ਇਲਾਕੇ ਦੇ ਵਿੱਚ ਸਥਿਤ ਸੀਗੀ। ਨੈਕਸਟ ਹੈ ਬੇਟਾ ਮੁਲਤਾਨੀ ਭਾਸ਼ਾ। ਮੁਲਤਾਨੀ ਕੀ ਹੈ? ਮੁਲਤਾਨ ਦੇ ਨਾਮ ਤੋਂ ਮੁਲਤਾਨੀ ਭਾਸ਼ਾ ਦਾ ਨਾਮ ਪਿਆ ਹੈ। ਬਾਬਲਪੁਰ, ਝੰਗ, ਮੁਲਤਾਨ ਅਤੇ ਡੇਰਾ ਗੱਜੀ ਡੇਰਾ ਗਾਂਜੀ ਖਾਂ ਆਦਿ ਇਲਾਕਾ ਵਰਤਮਾਨ ਸਮੇਂ ਵਿੱਚ ਪਾਕਿਸਤਾਨ 'ਚ ਬੋਲੀ ਜਾਂਦੀ ਹੈ। ਪੋਠੋਹਾਰੀ ਮੁਲਤਾਨੀ ਅਤੇ ਪੁਆਧੀ ਪੋਠੋਹਾਰੀ ਮੁਲਤਾਨੀ ਇਹ ਜਿਹੜੀਆਂ ਦੋ ਭਾਸ਼ਾਵਾਂ ਬੇਟਾ ਇਹ ਕੀ ਹੈ ਪਾਕਿਸਤਾਨ ਵਿੱਚ ਹੀ ਜ਼ਿਆਦਾ ਬੋਲੀਆਂ ਜਾਂਦੀਆਂ, ਆਪਣੇ ਪੰਜਾਬ 'ਚ ਘੱਟ ਯੂਜ਼ ਹੁੰਦੇ ਹੈ। ਡੋਗਰੀ ਭਾਸ਼ਾ। ਡੋਗਰੀ ਭਾਸ਼ਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਸਮਾਂ ਕੀ ਹੈ ਸਾਡੀ ਟਕਸਾਲੀ ਭਾਸ਼ਾ ਦਾ ਰੂਪ ਇਹਨੇ ਧਾਰਨ ਕੀਤਾ, ਪਰ ਕੁਛ ਹੁਣ ਇਹਨੂੰ ਕੀ ਹੈ ਅਸੀਂ 8ਵੀਂ ਭਾਸ਼ਾਵਾਂ ਦਾ ਨਾਂ ਦੇ ਦਿੱਤਾ ਗਿਆ ਹੈ। ਜੰਮੂ ਅਤੇ ਕਾਂਗੜਾ ਆਦਿ ਦੇ ਕੁਛ ਹਿੱਸਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਸਾਡੇ ਜਿਹੜੇ ਸੰਵਿਧਾਨ ਵਿੱਚ 22 ਭਾਸ਼ਾਵਾਂ ਆ ਜਿਨ੍ਹਾਂ ਨੂੰ ਪ੍ਰਵਾਨਿਤ ਕੀਤਾ ਗਿਆ ਹੈ, ਅਤੇ ਡੋਗਰੀ ਜਿਹੜੀ ਭਾਸ਼ਾ ਹੈ ਉਹ 8ਵੀਂ ਭਾਸ਼ਾ ਹੈ। ਨੈਕਸਟ ਹੈਗਾ ਬੇਟਾ ਟਕਸਾਲੀ ਬੋਲੀ। ਟਕਸਾਲੀ ਬੋਲੀ ਕਹਿ ਲਓ ਚਾਹੇ ਇਹਨੂੰ ਸਾਹਿਤਕ ਬੋਲੀ ਕਹਿ ਲਓ, ਦੋਨਾਂ ਵਿੱਚ ਕੋਈ ਫਰਕ ਨਹੀਂ ਹੈ। ਟਕਸਾਲੀ ਭਾਸ਼ਾ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਮਾਨਤਾ ਰੱਖਦੀ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਟਕਸਾਲੀ ਬੋਲੀ। ਮਾਝੀ ਭਾਸ਼ਾ ਜਿਹੜੀ ਉਹ ਸਾਡੀ ਟਕਸਾਲੀ ਬੋਲੀ ਹੈ, ਇਹਦੇ ਵਿੱਚ ਹੀ ਸਾਡਾ ਸਾਹਿਤ ਸ਼ਬਦ ਆਇਆ, ਚਾਹੇ ਉਹ ਸਾਡੀਆਂ ਅਖਬਾਰਾਂ ਆ, ਚਾਹੇ ਸਾਡੇ ਨਿਊਜ਼ ਪੇਪਰ ਹੈ ਜਾਂ ਮੈਗਜ਼ੀਨ ਹੈ, ਸਾਲੇ ਸਾਰੇ ਇਹਦੇ ਵਿੱਚ ਹੀ ਸ਼ਬਦ ਨੇ। ਅੱਗੇ ਹੈਗੇ ਵਿਅਕਤੀਗਤ ਵੰਨਗੀਆਂ। ਇਹਦੇ ਵਿੱਚ ਆਉਂਦੀ ਹੈ ਅਪਭਾਸ਼ਾ ਜਾਂ ਸਲੈਗ। ਇਸ ਵਿੱਚ ਇਹਦੇ ਵਿੱਚ ਜਿਹੜੀ ਅਪਭਾਸ਼ਾ ਮੀਨਸ ਨਿੰਦਿਆ ਦੇ ਸ਼ਬਦ ਵਰਤੇ ਜਾਂਦੇ ਨੇ, ਜਿਹੜੇ ਕੀ ਹੈ ਅਸੀਂ ਕਿਸੇ ਨਾਲ ਲੜਾਈ ਦੇ ਦੌਰਾਨ ਵਰਤੇ। ਅੱਗੇ ਹੈਗੀ ਗੁਪਤ ਭਾਸ਼ਾ। ਗੁਪਤ ਭਾਸ਼ਾ ਉਹ ਹੈ ਬੇਟਾ ਜਿਹਦੀ ਵਰਤੋਂ ਫੌਜ ਵਿੱਚ ਲੜਾਈ ਸਮੇਂ ਕੀਤੀ ਜਾਂਦੀ ਹੈ, ਜਿਹਨੂੰ ਕਿ ਨਿਹੰਗ ਲੋਕ ਵਰਤਦੇ ਨੇ ਜਾਂ ਫੌਜੀ ਲੋਕ ਵਰਤਦੇ ਨੇ। ਜਿਵੇਂ ਉਹ ਦੁੱਧ ਨੂੰ ਕੀ ਹੈ ਸਮੁੰਦਰ ਕਹਿੰਦੇ ਨੇ, ਅਤੇ ਛੋਲਿਆਂ ਨੂੰ ਕੀ ਹੈ ਬਦਾਮ ਕਹਿੰਦੇ ਨੇ। ਉਹਨਾਂ ਦੇ ਕੋਡ ਵਰਡ ਨੇ, ਉਹ ਕੋਡ ਵਰਡ ਦੇ ਰੂਪ ਦੇ ਵਿੱਚ ਵਰਤਦੇ ਨੇ। ਅੱਗੇ ਹੈਗੇ ਪੀਜ਼ਨ ਅਤੇ ਕਰਾਇਲ ਭਾਸ਼ਾ।
ਪੀਜ਼ਨ ਜਿਹੜੀ ਹੈ ਕੰਮ ਚਲਾਓ ਭਾਸ਼ਾ ਹੁੰਦੀ ਹੈ ਜਿਹੜੀ ਅਸੀਂ ਚਲਾਓ ਰੂਪ ਦੇ ਵਿੱਚ ਵਰਤਦੇ ਹਾਂ ਜਦੋਂ ਕੰਮ ਚਲਾਓ ਭਾਸ਼ਾ ਰੂਪ ਜਿਹੜੀ ਹੈ ਸਥਾਨਕ ਭਾਸ਼ਾ ਦਾ ਹੀ ਰੂਪ ਧਾਰਨ ਕਰ ਲੈਂਦੀ ਹੈ ਉਹਨੂੰ ਅਸੀਂ ਕੀ ਹੈ ਕਿਰਾਈ ਭਾਸ਼ਾ ਕਹਿ ਦਿੰਦੇ ਹਾਂ ਧੰਨਵਾਦ ਬੇਟਾ ਮੈਨੂੰ ਹੋਪ ਹੈ ਵੀ ਸਾਰਿਆਂ ਨੂੰ ਟੌਪਿਕ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਹੋਊਗਾ ਅਤੇ ਤੁਹਾਨੂੰ ਕੀ ਹੈ ਬਹੁਤ ਜ਼ਿਆਦਾ ਸਹਾਇਕ ਸਿੱਧ ਹੋਏਗਾ ਥੈਂਕ ਯੂ ਵੈਰੀ ਮੱਚ